ਵਾਲਾ ਨੇੜੇ ਆਮ ਆਦਮੀ ਪਾਰਟੀ ਦੇ ਨੌਜਵਾਨ ਲੀਡਰ ਦਾ ਗੋਲੀਆਂ ਮਾਰ ਕੇ ਕਤਲ। ਸਰਪੰਚੀ ਦੇ ਜੇਤੂ ਜਲੂਸ ਦੌਰਾਨ ਅਣਪਛਾਤਿਆਂ ਨੇ ਮਾਰੀਆਂ ਗੋਲੀਆਂ। ਪਿੰਡ ਮੋਹਰ ਸਿੰਘ ਵਾਲਾ ਦਾ ਰਹਿਣ ਵਾਲਾ ਸੀ ਮ੍ਰਿਤਕ ਰਾਜਵਿੰਦਰ ਸਿੰਘ। ਪੱਟੀ ਕਤਲ ਕਾਂਡ 'ਤੇ ਆਮ ਆਦਮੀ ਪਾਰਟੀ ਦਾ ਵੱਡਾ ਦਾਅਵਾ। ਸਾਂਸਦ ਮਨਵਿੰਦਰ ਕੰਗ ਬੋਲੇ, ਕਤਲ ਪਿੱਛੇ 100% ਨਿਕਲੇਗਾ ਕਾਂਗਰਸ ਜਾਂ ਅਕਾਲੀ ਦਲ ਦੇ ਲੀਡਰਾਂ ਦਾ ਹੱਥ। ਨਾਮਜ਼ਦਗੀਆਂ ਰੱਦ ਹੋਣ 'ਤੇ ਵਿਰੋਧੀਆਂ ਨੇ ਸਰਕਾਰ ਨੂੰ ਘੇਰਿਆ। ਕਾਂਗਰਸ ਪ੍ਰਧਾਨ ਰਾਜਾ ਵੜਿੰਗ ਬੋਲੇ, ਆਜ਼ਾਦੀ ਦੇ ਬਾਅਦ ਹੁਣ ਤੱਕ ਨਹੀਂ ਦੇਖੀਆਂ ਅਜਿਹੀਆਂ ਚੋਣਾਂ। ਅਕਾਲੀ ਦਲ ਨੇ ਚੋਣ ਕਮਿਸ਼ਨ ਤੋਂ ਕਾਰਵਾਈ ਦੀ ਕੀਤੀ ਮੰਗ। ਸੀਐਮ ਭਗਵੰਤ ਮਾਨ ਦੇ ਪਿੰਡ ਸਤੌਜ ਦੇ ਵਿੱਚ ਸਰਬਸੰਮਤੀ ਦੇ ਨਾਲ ਚੁਣੀ ਗਈ ਪੰਚਾਇਤ। ਸੀਐਮ ਨੇ 2 ਦਿਨ ਪਹਿਲਾਂ ਹੀ ਪਿੰਡ ਪਹੁੰਚ ਕੇ ਕੀਤੀ ਸੀ ਅਪੀਲ, ਉਮੀਦਵਾਰਾਂ ਨੇ ਵਾਪਸ ਲਈ ਨਾਮਜ਼ਦਗੀ। ਸੁਖਬੀਰ ਬਾਦਲ ਤੇ ਸਿੰਘ ਸਾਹਿਬਾਨਾਂ ਦੇ ਵੱਲੋਂ ਫੈਸਲਾ ਨਾ ਲਏ ਜਾਣ 'ਤੇ ਵਿਰਸਾ ਸਿੰਘ ਬਲਟੋਹਾ ਨੇ ਚੁੱਕੇ ਸਵਾਲ। ਕਿਹਾ ਸਮਝ ਨਹੀਂ ਆਉਂਦੀ ਕਿਉਂ ਕੀਤੀ ਜਾ ਰਹੀ ਹੈ ਦੇਰੀ, ਸਿੰਘ ਸਾਹਿਬਾਨਾਂ ਨੂੰ ਜਲਦ ਫੈਸਲਾ ਲੈਣ ਦੀ ਅਪੀਲ। ਸਤਿ ਸ੍ਰੀ ਅਕਾਲ, ਨਮਸਕਾਰ, ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ ਜਦੋਂ ਪੰਚਾਇਤੀ ਚੋਣਾਂ ਦਾ ਰੌਲਾ ਹੋਵੇ ਤੇ ਇਸ ਰੌਲੇ ਦੇ ਵਿਚਾਲੇ ਸਰਬਸੰਮਤੀ ਕਿਸੇ ਪਿੰਡ ਦੇ ਵਿੱਚ ਬਣ ਜਾਵੇ, ਸਰਬਸੰਮਤੀ ਦੇ ਬਾਵਜੂਦ ਬਵਾਲ ਹੋਵੇ ਤੇ ਕਿਸੇ ਦਾ ਕਤਲ ਕਰ ਦਿੱਤਾ ਜਾਵੇ, ਫਿਰ ਫਰਕ ਤਾਂ ਪੈਂਦਾ ਹੈ। ਜੀ ਹਾਂ, ਸਰਪੰਚੀ ਚੋਣਾਂ ਤੋਂ ਅੱਜ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਖਬਰ ਹੈ ਤਰਨ ਤਾਰਨ ਤੋਂ। ਤਰਨ ਤਾਰਨ ਦੇ ਪੱਟੀ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਜਿੱਥੇ ਪੰਚਾਇਤੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂ ਦਾ, ਨਾਮ ਹੈ ਰਾਜਵਿੰਦਰ ਸਿੰਘ, ਰਾਜਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ। ਆਮ ਆਦਮੀ ਪਾਰਟੀ ਦੇ ਆਗੂ ਰਾਜਵਿੰਦਰ ਸਿੰਘ ਉਰਫ ਰਾਜ ਆਪਣੇ ਦੋਸਤਾਂ ਦੇ ਨਾਲ ਕਾਰ ਦੇ ਵਿੱਚ ਜਾ ਰਹੇ ਸਨ। ਉਸ ਸਮੇਂ ਬਾਈਕ ਸਵਾਰ ਬਦਮਾਸ਼ਾਂ ਨੇ ਰਾਜਵਿੰਦਰ ਸਿੰਘ ਦੇ ਨਾਲ ਕੁਝ ਗੱਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਗੋਲੀਆਂ ਚਲਾ ਦਿੱਤੀਆਂ। ਰਾਜਵਿੰਦਰ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਕਾਰ ਚਲਾ ਰਹੇ ਸ਼ਖਸ ਦੀ ਲੱਤ ਦੇ ਵਿੱਚ ਗੋਲੀ ਲੱਗੀ। ਜਿਹਦੇ ਵਿੱਚ ਰਾਜਵਿੰਦਰ ਸਿੰਘ ਨੂੰ ਜਿਹੜੀ ਕਾਫੀ ਇੰਜਰੀਜ਼ ਹੋਈਆਂ ਤੇ ਉਹਦੇ ਨਾਲ ਜਿਹੜਾ ਡਰਾਈਵਰ ਬੈਠੇ ਸੀ ਸਾਰੇ ਤੇ ਉਹਦੇ ਵੀ ਕਾਫੀ ਸੱਟਾਂ ਵੱਜੀਆਂ। ਪੁਲਿਸ ਦੇ ਮੁਤਾਬਿਕ ਤਲਵੰਡੀ ਮੋਹਰ ਸਿੰਘ ਪਿੰਡ ਦੇ ਵਿੱਚ ਇੱਕ ਮਹਿਲਾ ਸਰਬਸੰਮਤੀ ਦੇ ਨਾਲ ਸਰਪੰਚ ਚੁਣੀ ਗਈ ਸੀ। ਮ੍ਰਿਤਕ ਨੌਜਵਾਨ ਆਪਣੇ ਸਾਥੀਆਂ ਦੇ ਨਾਲ ਉੱਥੇ ਗਏ ਸਨ। ਸਰਪੰਚ ਚੁਣੇ ਜਾਣ ਤੋਂ ਬਾਅਦ ਉਹ ਵਾਪਸ ਜਾ ਰਿਹਾ ਸੀ। ਉਸ ਸਮੇਂ ਹਮਲਾਵਰਾਂ ਨੇ ਉਸ ਦੇ ਉੱਤੇ ਹਮਲਾ ਕਰ ਦਿੱਤਾ। ਅਜੇ ਮੁੱਢਲੀ ਤਫਤੀਸ਼ ਇਹ ਪਤਾ ਲੱਗਿਆ ਕਿ 3 ਅਣਪਛਾਤੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਮੂੰਹ ਨਹੀਂ ਢੱਕਿਆ ਸੀਗਾ ਤੇ ਇੱਕ ਹੋਰ ਜਿਹੜਾ ਜ਼ਖਮੀ ਹੈ ਜਿਹੜਾ ਗੱਡੀ ਚਲਾ ਰਿਹਾ ਸੀ। ਸ਼ੁਰੂਆਤੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਬਾਈਕ ਦੇ ਉੱਤੇ 3 ਬਦਮਾਸ਼ ਆਏ ਸਨ ਅਤੇ 3 ਦੇ ਵਿੱਚੋਂ ਸਿਰਫ 1 ਨੇ ਹੀ ਆਪਣਾ ਮੂੰਹ ਨਹੀਂ ਢੱਕਿਆ ਸੀ। ਤੇ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰਕੇ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਪੱਟੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਦੇ ਕਤਲ ਕਾਂਡ ਦੇ ਉੱਤੇ ਸੂਬੇ ਦੀ ਸਿਆਸਤ ਵੀ ਗਰਮਾਈ ਹੋਈ। ਕਤਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਕਿ ਕਤਲ ਦੇ ਪਿੱਛੇ 100% ਕਾਂਗਰਸ ਜਾਂ ਅਕਾਲੀ ਦਲ ਹੈ। ਗੈਂਗਸਟਰ ਦੀ ਤਾਰ ਅਕਾਲੀਆਂ ਤੇ ਕਾਂਗਰਸ ਦੇ ਨਾਲ ਜੁੜਦੇ ਨੇ। ਆਮ ਆਦਮੀ ਪਾਰਟੀ ਦੇ ਵਰਕਰ ਦਾ ਕਤਲ ਅੱਜ ਪੱਟੀ 'ਚ ਹੋਇਆ ਹੈ। ਉਸ ਵਰਕਰ ਦੇ ਕਤਲ ਨੂੰ ਅੰਜਾਮ ਦੇਣ ਵਾਲੇ 100% ਦੇ ਲੋਕ ਜਿਹੜੇ ਆ ਉਹ ਐਫੀਲੀਏਟਡ ਨਿਕਲਣਗੇ ਕਾਂਗਰਸ ਜਾਂ ਅਕਾਲੀ ਭਾਜਪਾ ਦੇ। ਉੱਥੇ ਕਾਂਗਰਸ ਇਸ ਨੂੰ ਆਮ ਆਦਮੀ ਪਾਰਟੀ ਦਾ ਕੀਤਾ ਹੋਇਆ ਦੱਸ ਰਹੀ ਹੈ। ਹਜੇ ਇਨਕੁਆਇਰੀ ਨਹੀਂ ਹੋਈ, ਪਤਾ ਨਹੀਂ ਲੱਗਿਆ ਕੌਣ ਇਨਵੋਲਵਡ ਹੈ ਕੌਣ ਨਹੀਂ, ਲੇਕਿਨ ਪਹਿਲਾਂ ਹੀ ਇਹਨਾਂ ਨੇ ਫੈਸਲਾ ਸੁਣਾਤਾ। ਆਮ ਆਦਮੀ ਪਾਰਟੀ ਜੱਜ ਜਿਊਰੀ ਦੇ ਐਗਜ਼ੀਕਿਊਟਰ ਬਣ ਗਈ। ਇੱਥੋਂ ਆਪਾਂ ਇੱਕ ਹਿਸਾਬ ਲਾ ਸਕਦੇ ਹਾਂ ਕਿ ਇਹ ਸਰਕਾਰ ਜਦੋਂ ਜਦੋਂ ਕੁਛ ਵੀ ਕਰਦੀ ਹੈ, ਕੋਈ ਕਾਰਵਾਈ ਕਰਦੀ ਹੈ, ਸੋਚ ਕੇ ਪਹਿਲਾਂ ਮਨ ਬਣਾ ਕੇ ਮਿਥ ਕੇ ਵੀ ਆਹ ਪਾਰਟੀ ਦਾ ਬੰਦਾ ਫਸਾਉਣਾ ਆਹ ਪਾਰਟੀ ਫਸਾਉਣੀ ਹੈ ਕਾਰਵਾਈ ਕਰਦੀ। ਇੱਥੋਂ ਅੱਜ ਸਾਬਿਤ ਕਰਦਾ
ਜਦਕਿ ਅਕਾਲੀ ਦਲ ਦਾ ਕਹਿਣਾ ਹੈ ਕਿ ਉਹਨਾਂ ਦੇ ਉੱਤੇ ਇਲਜ਼ਾਮ ਨਾ ਲਗਾਓ, ਕਾਨੂੰਨ ਵਿਵਸਥਾ ਦੇ ਉੱਤੇ ਸੀਐਮ ਤੋਂ ਜਵਾਬ ਮੰਗਿਆ ਜਾਣਾ ਚਾਹੀਦਾ। ਦੇਖੋ ਐਡੀ ਬੇਬਸ ਸਰਕਾਰ ਤੇ ਐਡੇ ਬੇਬਸ ਨੁਮਾਇੰਦੇ ਪੰਜਾਬ ਨੇ ਕਦੇ ਨਹੀਂ ਦੇਖੇ। 2.5 ਸਾਲਾਂ ਤੋਂ ਸੂਬੇ ਦੇ ਵਿੱਚ ਸਰਕਾਰ ਇਹਨਾਂ ਦੀ ਹੈ। ਲਾਰੈਂਸ ਬਿਸ਼ਨੋਈ ਮੁਖਤਾਰ ਅੰਸਾਰੀ ਨਾਲ ਯਾਰੀਆਂ ਇਹ ਪਗਾਉਂਦੇ ਨੇ, ਇੰਟਰਵਿਊਆਂ ਥਾਣਿਆਂ 'ਚ ਇਹ ਕਰਾਉਂਦੇ ਨੇ, ਅਤੇ ਬਦਨਾਮ ਇਹ ਕਰਨ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਰਵਾਇਤੀ ਪਾਰਟੀਆਂ ਨੂੰ। ਉਧਰ ਹਮਲੇ ਦੀ ਜ਼ਿੰਮੇਵਾਰੀ ਗੋਪੀ ਘਣਸ਼ਾਮ ਪ੍ਰੀਆ ਗੈਂਗ ਦੇ ਲਈ ਅਤੇ ਇੱਕ ਪੋਸਟ ਵੀ ਕੀਤਾ, ਹਾਲਾਂਕਿ ਨਿਊਜ਼ 18 ਇਸ ਪੋਸਟ ਦੀ ਤਸਦੀਕ ਨਹੀਂ ਕਰਦਾ। ਕਹਿ ਰਿਹਾ ਇਸ ਕਤਲ ਨੂੰ ਲੈ ਕੇ ਸਿਆਸਤ ਦਾ ਖੂਬ ਗਰਮਾਈ ਹੋਈ ਹੈ। ਕਾਬਲੇ ਗੌਰ ਹੈ ਕਿ 15 ਤਰੀਕ ਨੂੰ ਵੋਟਾਂ ਪੈਣੀਆਂ ਨੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ, ਅਤੇ ਉਸ ਤੋਂ ਪਹਿਲਾਂ ਇਹ ਕਤਲ ਦੀ ਵਾਰਦਾਤ ਨੇ ਚਿੰਤਾਵਾਂ ਜ਼ਰੂਰ ਵਧਾ ਦਿੱਤੀਆਂ ਨੇ। ਉਦੋਂ ਸੂਬੇ ਦੇ ਵਿੱਚ ਪੰਚਾਇਤ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਵਿਚਾਲੇ ਇਲਜ਼ਾਮ ਤਰਾਸ਼ੀਆਂ ਦਾ ਦੌਰ ਵੀ ਜਾਰੀ। ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ 'ਤੇ ਲਿਆ। ਰਾਜਾ ਵੜਿੰਗ ਨੇ ਕਿਹਾ ਕਿ ਸੂਬੇ ਦੇ ਜੋ ਵੀ ਹਾਲ ਨੇ ਉਹ ਆਮ ਆਦਮੀ ਪਾਰਟੀ ਦੇ 3 ਸਾਲ ਦੇ ਕਾਰਜਕਾਲ ਦੀ ਦੇਣ ਹੈ। ਬਦਲਾਵ ਦੇ ਨਾਂ 'ਤੇ ਆਈ ਸਰਕਾਰ, ਪੰਜਾਬ ਦੇ ਲੋਕਾਂ ਨੂੰ ਇਹ ਉਮੀਦਾਂ ਸਨ ਕਿ ਇਹ ਕੁਝ ਵੱਖਰਾ ਕਰਨਗੇ, ਨਾ ਕੇਵਲ ਪੰਚਾਇਤ ਚੋਣਾਂ 'ਚ, ਜੋ ਵੀ ਅੱਜ 3 ਸਾਲ 'ਚ ਅੱਜ ਪੰਜਾਬ ਦੇ ਹਾਲਾਤ ਨੂੰ ਦੁਨੀਆ ਭਰੀ ਭਾਤੀ ਜਾਣਦੀ ਹੈ। ਅਕਾਲੀ ਦਲ ਨੇ ਵੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਹਮਲਾ ਕੀਤਾ ਅਤੇ ਫਿਰ ਇਲੈਕਸ਼ਨ ਕਰਵਾਉਣ ਨੂੰ ਲੈ ਕੇ ਸਵਾਲ ਚੁੱਕੇ। ਗੱਲ ਤਾਂ ਇਹ ਹੈ ਕਿ ਇਹਨਾਂ ਤੇ ਭਰੋਸਾ ਕਿਵੇਂ ਕਰੀਏ? ਇਹਨਾਂ ਨੇ ਇਲੈਕਸ਼ਨ ਵਾਲੇ ਦਿਨ, ਇਹਨਾਂ ਨੇ ਉਸ ਦਿਨ ਰਿਜ਼ਲਟ ਵਾਲੇ ਦਿਨ, ਇਹ ਤਾਂ ਸਾਰਾ ਕੁਝ ਹੀ ਜਿਹੜਾ ਆਪਣੇ ਆਪ ਹੀ ਉਸੇ ਤਰੀਕੇ ਕਰਦੇ। ਉਧਰ ਮਾਮਲੇ 'ਚ ਆਮ ਆਦਮੀ ਪਾਰਟੀ ਪਲਟਵਾਰ ਕਰ ਰਹੀ ਹੈ ਅਤੇ ਕਹਿ ਰਹੀ ਹੈ ਕਿ ਫਿਰ ਇਲੈਕਸ਼ਨ ਦੀ ਗੱਲ ਕਰ ਰਹੇ ਨੇ, ਉਹਨਾਂ ਦਾ ਅਸਲੀ ਚਿਹਰਾ ਪਹਿਲਾਂ ਤੋਂ ਹੀ ਬੇਪਰਦਾ ਹੋ ਚੁੱਕਾ ਹੈ। ਆਮ ਆਦਮੀ ਪਾਰਟੀ ਤੇ ਵਿਕਟਮ ਹੋ ਰਹੀ ਹੈ, ਔਰ ਵਿਕਟਮ ਕਿਹਨਾਂ ਦੇ ਹੱਥੋਂ ਹੋ ਰਹੀ ਹੈ? ਅਕਾਲੀ ਕਾਂਗਰਸ ਦੀ ਔਰ ਭਾਜਪਾ ਦੇ, ਜਿਹਨਾਂ ਨੇ ਗੁੰਡੇ ਪਾਲੇ। ਲਾਅ ਵਿਲ ਟੇਕ ਇਟਸ ਓਨ ਕੋਰਸ, ਉਹ 'ਚ ਕੋਈ ਲਿਹਾਜ਼ ਨਹੀਂ ਆ। ਲੇਕਿਨ ਇਹਨਾਂ ਦਾ ਅਸਲੀ ਚਿਹਰਾ ਜਿਹੜਾ, ਜਿਹੜੇ ਅੱਜ ਇਲੈਕਸ਼ਨ ਕਮਿਸ਼ਨ ਕੋਲ ਜਾਂਦੇ ਆ, ਕਦੀ ਪ੍ਰੈਸ ਕਾਨਫਰੰਸ ਕਰਦੇ ਆ, ਉਹ ਵੀ ਬੇਪਰਦਾ ਹੋਇਆ। ਕਾਬਲੇ ਗੌਰ ਹੈ ਕਿ ਸੂਬੇ 'ਚ 15 ਤਰੀਕ ਨੂੰ ਪੰਚਾਇਤੀ ਚੋਣਾਂ ਹੋਣਗੀਆਂ, ਜਿਸ ਨੂੰ ਲੈ ਕੇ ਸਿਆਸੀ ਅਖਾੜਾ ਭਖਿਆ ਹੋਇਆ। ਔਰ ਇਸ ਸਭ ਦੇ ਵਿਚਾਲੇ ਅਖਾੜਾ ਗੁਆਂਢੀ ਸੂਬੇ ਹਰਿਆਣਾ ਦੇ ਵਿੱਚ ਵੀ ਭਖਿਆ ਹੋਇਆ। ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਦੇ ਉੱਤੇ ਵੋਟਾਂ ਦੀ ਕਾਊਂਟਿੰਗ ਤੋਂ ਪਹਿਲਾਂ ਕਾਂਗਰਸ ਦੇ ਅੰਦਰ ਹਲਚਲ ਵੱਧਦੀ ਹੋਈ ਨਜ਼ਰ ਆ ਰਹੀ। ਤਕਰੀਬਨ ਸਾਰੇ ਐਗਜ਼ਿਟ ਪੋਲਸ ਦੇ ਵਿੱਚ ਕਾਂਗਰਸ ਨੂੰ ਬਹੁਮਤ ਦੇ ਵਿੱਚ ਦਿਖਾਇਆ ਗਿਆ, ਜਿਸ ਤੋਂ ਬਾਅਦ ਹੁਣ ਇੱਥੇ ਸੀਐਮ ਦੀ ਕੁਰਸੀ ਨੂੰ ਲੈ ਕੇ ਜੱਦੋ ਜਹਿਦ ਤੇਜ਼ ਹੋ ਗਈ ਹੈ। ਉੱਥੇ 2 ਵਾਰ ਮੁੱਖ ਮੰਤਰੀ ਰਹਿ ਚੁੱਕੇ ਭੁਪਿੰਦਰ ਸਿੰਘ ਹੁੱਡਾ ਦਾ ਕਹਿਣਾ ਹੈ ਕਿ ਨਾ ਥੱਕੇ ਨੇ ਅਤੇ ਨਾ ਹੀ ਰਿਟਾਇਰ ਹੋਏ ਨੇ, ਪਰ ਮੁੱਖ ਮੰਤਰੀ ਤੇ ਆਖਰੀ ਫੈਸਲਾ ਹਾਈਕਮਾਨ ਕਰੇਗਾ। ਮੁੱਖ ਮੰਤਰੀ ਦਾ ਸਵਾਲ ਇਹ ਹੈ ਕਿ ਵਿਧਾਇਕੋ ਕੇ ਮਤ ਜਾਣੇ ਜਾਏਗੇ ਔਰ ਹਾਈਕਮਾਨ ਫੈਸਲਾ ਕਰੇਗਾ, ਜਿਸਕੋ ਫੈਸਲਾ ਹੋਗਾ ਸਭ ਮਾਨੇ ਹੋਗਾ। ਅਭੀ ਯਹੀ ਕਹਿ ਰਹਾ ਨਾ, ਮੈਂ ਟਾਇਰਡ ਹੂੰ ਨਾ ਰਿਟਾਇਰ। ਹਰਿਆਣਾ 'ਚ ਸੀਐਮ ਦੀ ਦੂਜੀ ਵੱਡੀ ਦਾਅਵੇਦਾਰੀ ਕੁਮਾਰੀ ਸੈਲਜਾ ਵੀ ਕਰ ਰਹੇ ਨੇ ਕਿ ਆਖਰੀ ਫੈਸਲਾ ਤਾਂ ਹਾਈਕਮਾਨ ਨੂੰ ਹੀ ਲੈਣਾ ਹੈ। ਫਿਰ ਬਾਤ ਵਹੀ ਆ ਜਾਂਦੀ ਹੈ ਕਿ ਇਹ ਨਾ ਮੈਂ ਇਸਕੇ ਬਾਰੇ ਮੈਂ ਕੁਛ ਕਹਿ ਸਕਤੀ ਹੂੰ, ਨਾ ਕੋਈ ਔਰ ਕਹਿ ਸਕਤਾ। ਇਹ ਬਾਤ ਕੇਵਲ ਹਾਈਕਮਾਨ ਕੀ ਅਨਾਊਂਸਮੈਂਟ ਕੇ ਬਾਅਦ ਹੀ ਆਪਕੋ ਪਤਾ ਚਲੇਗਾ। ਹਰਿਆਣਾ ਦੇ ਵਿੱਚ ਕਾਂਗਰਸ ਨੂੰ ਜੇਕਰ ਬਹੁਮਤ ਹਾਸਲ ਹੁੰਦਾ ਹੈ ਤਾਂ ਉਸਦੇ ਲਈ ਅਗਲੀ ਚੁਣੌਤੀ ਸੀਐਮ ਚਿਹਰਾ ਚੁਣਨਾ ਹੋਵੇਗਾ। ਵੈਸੇ ਕਾਂਗਰਸ ਦੇ ਵਿੱਚ ਸੀਐਮ ਚੁਣਨ ਦੀ ਪ੍ਰਕਿਰਿਆ ਦੇ ਤਹਿਤ ਪਹਿਲਾਂ ਅਬਜ਼ਰਵਰਸ ਭੇਜੇ ਜਾਂਦੇ ਨੇ ਜੋ 1-to-1 ਵਿਧਾਇਕਾਂ ਦੀ ਰਾਏ ਲੈਂਦੇ ਨੇ, ਜਿਸ ਤੋਂ ਬਾਅਦ ਰਿਪੋਰਟ ਹਾਈਕਮਾਨ ਨੂੰ ਜਾਂਦੀ ਹੈ ਅਤੇ ਫਿਰ ਉੱਥੋਂ ਸੀਐਮ ਦਾ ਨਾਮ ਫਾਈਨਲ ਕੀਤਾ ਜਾਂਦਾ ਹੈ। ਤਾਂ ਐਗਜ਼ਿਟ ਪੋਲ ਦੇ ਵਿੱਚ ਤਾਂ ਹਰਿਆਣਾ 'ਚ ਕਾਂਗਰਸ ਦੀ ਸਰਕਾਰ ਬਣ ਰਹੀ ਹੈ, ਪਰ ਇਸ ਸਭ ਦੇ ਵਿਚਾਲੇ ਲੋਕਾਂ ਦਾ ਫਤਵਾ ਵੀ ਮੰਗਲਵਾਰ ਨੂੰ ਸਾਡੇ ਸਾਰਿਆਂ ਦੇ ਸਾਹਮਣੇ ਹੋਏਗਾ। ਹੁਣ ਅੱਗੇ ਵਧਦਿਆਂ ਤੇ ਵਾਰੀ ਅੱਜ ਦੇ ਸਵਾਲ ਦੀ। ਅੱਜ ਦਾ ਸਵਾਲ ਅਸੀਂ ਹਰਿਆਣਾ ਦੇ ਨਾਲ ਹੀ ਜੁੜਿਆ ਹੋਇਆ ਪੁੱਛ ਰਹੇ ਹਾਂ। ਸਵਾਲ ਹੈ ਕਿ ਹਰਿਆਣਾ ਦੇ ਵਿੱਚ ਸਭ ਤੋਂ ਲੰਬਾ ਕਾਰਜਕਾਲ ਕਿਸ ਦਾ ਰਿਹਾ ਬਤੌਰ ਮੁੱਖ ਮੰਤਰੀ? ਬਤੌਰ ਮੁੱਖ ਮੰਤਰੀ ਹਰਿਆਣਾ 'ਚ ਸਭ ਤੋਂ ਲੰਬਾ ਕਾਰਜਕਾਲ ਕਿਸ ਆਗੂ ਦਾ ਜਾਂ ਕਿਸ ਲੀਡਰ ਦਾ ਰਿਹਾ ਹੈ?
ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ, ਬੰਸੀ ਲਾਲ, ਭਜਨ ਲਾਲ, ਭੁਪਿੰਦਰ ਸਿੰਘ ਹੁੱਡਾ ਜਾਂ ਮਨੋਹਰ ਲਾਲ ਖੱਟਰ। ਇਹ ਚਾਰਾਂ ਦੇ ਵਿੱਚੋਂ ਸਹੀ ਜਵਾਬ ਕੀ ਹੈ, ਥੋੜ੍ਹੀ ਦੇਰ ਦੇ ਵਿੱਚ ਪੂਰੀ ਜਾਣਕਾਰੀ ਦੇ ਨਾਲ ਜਵਾਬ ਤੁਹਾਡੇ ਸਾਹਮਣੇ ਰੱਖਾਂਗੇ। ਹੁਣ ਅੱਗੇ ਵੱਧਦੇ ਹਾਂ ਅਤੇ ਗੱਲ ਹੋਵੇਗੀ ਬਿਰਸਾ ਸਿੰਘ ਬਲਟੋਹਾ ਦੀ। ਬਿਰਸਾ ਸਿੰਘ ਬਲਟੋਹਾ ਨੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਥੇਦਾਰਾਂ ਦੇ ਫੈਸਲੇ ਨੂੰ ਲੈ ਕੇ ਹੋ ਰਹੀ ਦੇਰ 'ਤੇ ਸਵਾਲ ਚੁੱਕੇ। ਬਿਰਸਾ ਸਿੰਘ ਬਲਟੋਹਾ ਨੇ ਸਿੰਘ ਸਾਹਿਬਾਨਾਂ ਨੂੰ ਅਪੀਲ ਕੀਤੀ ਕਿ ਉਹ ਸੁਖਬੀਰ ਬਾਦਲ ਦੇ ਉੱਤੇ ਛੇਤੀ ਫੈਸਲਾ ਲੈਣ। ਉਹਨਾਂ ਨੂੰ ਨਹੀਂ ਪਤਾ ਕਿ ਮਾਮਲੇ 'ਚ ਦੇਰ ਕਿਉਂ ਹੋ ਰਹੀ ਹੈ, ਦੇਰੀ ਦੇ ਨਾਲ ਵੱਖ ਵੱਖ ਚਰਚਾਵਾਂ ਨੂੰ ਵਧਾਵਾ ਮਿਲਦਾ ਹੈ। ਹਾਲਾਂਕਿ ਬਲਟੋਹਾ ਨੇ ਵੀ ਸਾਫ ਕੀਤਾ ਕਿ ਉਹਨਾਂ ਦੀ ਇਹ ਮੰਗ ਨਿੱਜੀ ਹੈ ਅਤੇ ਇਸਦਾ ਅਕਾਲੀ ਦਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਕਾਬਲੇ ਗੌਰ ਹੈ ਕਿ 30 ਅਗਸਤ ਨੂੰ ਅਕਾਲ ਤਖ਼ਤ ਸਾਹਿਬ ਦੇ ਪੰਜ ਸਿੰਘ ਸਾਹਿਬਾਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਐਲਾਨਿਆ ਸੀ। ਇਹ ਫੈਸਲਾ 2007 ਤੋਂ 2017 ਦੇ ਵਿਚਾਲੇ ਉਹਨਾਂ ਦੀ ਪਾਰਟੀ ਦੇ ਸੱਤਾ ਦੇ ਵਿੱਚ ਰਹਿੰਦੇ ਹੋਏ ਲਏ ਗਏ ਫੈਸਲਿਆਂ ਦੀ ਵਜ੍ਹਾ ਨਾਲ ਸੁਣਾਇਆ ਗਿਆ। ਅਕਾਲ ਤਖ਼ਤ ਸਾਹਿਬ ਨੇ ਤਨਖਾਹੀਆਂ ਐਲਾਨਣ ਦੇ ਨਾਲ ਹੀ 15 ਦਿਨਾਂ ਦੇ ਅੰਦਰ ਸੁਖਬੀਰ ਬਾਦਲ ਨੂੰ ਇੱਕ ਆਮ ਸਿੱਖ ਦੀ ਤਰ੍ਹਾਂ ਤਖ਼ਤ ਦੇ ਉੱਤੇ ਪੇਸ਼ ਹੋ ਕੇ ਜਵਾਬ ਦੇਣ ਨੂੰ ਕਿਹਾ ਸੀ, ਜਿਸ ਦੇ ਅਗਲੇ ਹੀ ਦਿਨ ਸੁਖਬੀਰ ਬਾਦਲ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਹਾਜ਼ਰ ਹੋ ਗਏ ਅਤੇ ਆਪਣਾ ਸਪਸ਼ਟੀਕਰਨ ਸੌਂਪਿਆ। ਉਸ ਤੋਂ ਬਾਅਦ ਤੋਂ ਸੁਖਬੀਰ ਬਾਦਲ ਦੇ ਉੱਤੇ ਕੋਈ ਫੈਸਲਾ ਨਹੀਂ ਦਿੱਤਾ ਗਿਆ। ਇਸ ਨੂੰ ਲੈ ਕੇ ਹੋ ਰਹੀ ਦੇਰ ਦੇ ਉੱਤੇ ਬਲਟੋਹਾ ਨੇ ਸਵਾਲ ਚੁੱਕੇ ਨੇ। ਹਾਲਾਂਕਿ ਸਵਾਲ ਇਹ ਵੀ ਹੈ ਕਿ ਕਦੋਂ ਮੀਟਿੰਗ ਸੱਦੀ ਜਾਵੇਗੀ ਅਤੇ ਕਦੋਂ ਅਗਲਾ ਫੈਸਲਾ ਆਏਗਾ ਇਸ ਸਭ ਦੇ ਵਿਚਾਲੇ, ਕਿਉਂਕਿ ਸੁਖਬੀਰ ਸਿੰਘ ਬਾਦਲ ਸਿਆਸੀ ਤੌਰ ਦੇ ਉੱਤੇ ਬਿਲਕੁਲ ਸਰਗਰਮ ਨਜ਼ਰ ਨਹੀਂ ਆ ਰਹੇ। ਦੂਜੇ ਪਾਸੇ ਸੂਬੇ ਦੇ ਵਿੱਚ 4 ਵਿਧਾਨ ਸਭਾ ਸੀਟਾਂ ਦੇ ਉੱਤੇ ਬਾਈ ਇਲੈਕਸ਼ਨ ਕਿਸੇ ਵੀ ਸਮੇਂ ਐਲਾਨੇ ਜਾ ਸਕਦੇ ਨੇ ਅਤੇ ਇਸ ਵਿਚਾਲੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਜੇਕਰ ਫੈਸਲਾ ਨਹੀਂ ਆਉਂਦਾ ਤਾਂ ਸਿਆਸੀ ਤੌਰ 'ਤੇ ਉਹਨਾਂ ਦੇ ਵੱਲੋਂ ਸ਼ਿਰਕਤ ਕਰਨਾ ਇਹਨਾਂ ਹਲਕਿਆਂ 'ਚ ਮੁਸ਼ਕਿਲ ਹੋ ਸਕਦਾ ਹੈ। ਅੱਗੇ ਵੱਧਦਿਆਂ, ਬੈਕ ਟੂ ਬੈਕ ਬੈਠਕਾਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਚਮਕੌਰ ਸਾਹਿਬ ਪਹੁੰਚੇ ਅਤੇ ਆਮ ਜਨਤਾ ਦੇ ਨਾਲ ਗੱਲਬਾਤ, ਉੱਥੇ ਦੇ ਲੋਕਾਂ ਦੇ ਨਾਲ, ਇਹ ਟਰੱਕ ਡਰਾਈਵਰ ਜਿਹੜੇ ਹੈਗੇ ਨੇ, ਟਰੱਕ ਯੂਨੀਅਨ ਦੇ ਜਿਹੜੇ ਨੁਮਾਇੰਦੇ ਨੇ, ਉਹਨਾਂ ਦੇ ਨਾਲ ਇਹ ਗੱਲਬਾਤ ਸੀ ਐਮ ਕਰ ਰਹੇ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਮੁੱਖ ਮੰਤਰੀ ਮਾਨ ਨੇ ਲੋਕਾਂ ਦੇ ਨਾਲ ਖੁਸ਼ਖਬਰੀ ਵੀ ਸਾਂਝੀ ਕੀਤੀ ਕਿ ਆੜ੍ਹਤੀਆਂ ਨੇ ਹੜਤਾਲ ਵਾਪਸ ਲੈ ਲਈ ਹੈ ਅਤੇ ਹੁਣ ਬਿਨਾਂ ਰੁਕਾਵਟ ਝੋਨੇ ਦੀ ਖਰੀਦ ਹੋਵੇਗੀ। ਇਸ ਦੌਰਾਨ ਸੀਐਮ ਮਾਨ ਨੇ ਲੋਕਾਂ ਦੇ ਸਥਾਨਕ ਮੁੱਦਿਆਂ ਨੂੰ ਵੀ ਹੱਲ ਕਰਨ ਦਾ ਭਰੋਸਾ ਦਿੱਤਾ। ਕਾਬਲੇ ਗੌਰ ਹੈ ਕਿ ਇਸ ਤੋਂ ਪਹਿਲਾਂ ਸੀਐਮ ਨੇ ਸ਼ੈਲਰ ਐਸੋਸੀਏਸ਼ਨ ਅਤੇ ਆੜ੍ਹਤੀਆਂ ਦੇ ਨਾਲ ਮੀਟਿੰਗ ਕੀਤੀ ਅਤੇ ਫਿਰ ਹੜਤਾਲ ਵਾਪਸ ਲੈਣ ਦਾ ਆੜ੍ਹਤੀਆਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ। ਚਮਕੌਰ ਸਾਹਿਬ ਮੁੱਖ ਮੰਤਰੀ ਪਹੁੰਚੇ ਹੋਏ ਸਨ। ਖੈਰ, ਜਦੋਂ ਮੌਜੂਦਾ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਦੇ ਹਲਕੇ ਦੇ ਵਿੱਚ ਜਾ ਕੇ ਉੱਥੋਂ ਦੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੇ ਮਸਲੇ ਹੱਲ ਕਰਨ ਦਾ ਭਰੋਸਾ ਦੇਣ, ਫਿਰ ਫਰਕ ਤਾਂ ਪੈਂਦਾ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੀ ਕਾਰ ਈਡੀ ਦੇ ਵੱਲੋਂ ਦਬਿਸ਼ ਦਿੱਤੀ ਗਈ। ਸੰਜੀਵ ਅਰੋੜਾ ਪੇਸ਼ੇ ਵਜੋਂ ਰੀਅਲ ਅਸਟੇਟ ਕੰਪਨੀ ਚਲਾਉਂਦੇ ਨੇ ਅਤੇ ਉਹਨਾਂ 'ਤੇ ਕਰੋੜਾਂ ਰੁਪਏ ਦੀ ਜ਼ਮੀਨ ਹੜੱਪਣ ਦੇ ਇਲਜ਼ਾਮ ਨੇ। ਇਸੇ ਤਹਿਤ ਈਡੀ ਨੇ ਮਨੀ ਲਾਂਡਰਿੰਗ ਦਾ ਕੇਸ ਦਰਜ ਕਰਕੇ ਅਰੋੜਾ ਦੇ ਖਿਲਾਫ਼ ਰੇਡ ਕੀਤੀ। ਲੁਧਿਆਣਾ 'ਚ ਅੱਜ ਈਡੀ ਨੇ ਸਵੇਰੇ 4 ਵਜੇ ਤੋਂ ਦੋ ਨਾਮੀ ਕਾਰੋਬਾਰੀਆਂ ਦੇ, ਰੀਅਲ ਅਸਟੇਟ ਕਾਰੋਬਾਰੀਆਂ ਦੇ ਘਰ ਦਬਿਸ਼ ਦਿੱਤੀ ਆ। ਔਰ ਇੱਥੇ ਵੀ ਦੱਸ ਦਈਏ ਕਿ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਤੋਂ ਇਲਾਵਾ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਹੇਮੰਤ ਸੂਦ ਦੇ ਘਰ ਦੇ ਵਿੱਚ ਈਡੀ ਨੇ ਦਬਿਸ਼ ਦਿੱਤੀ ਆ।
ईडी ਦੀ ਰੇਟ ਤੇ ਸੰਜੀਵ ਅਰੋੜਾ ਨੇ ਕਿਹਾ, ਮੈਨੂੰ ਸਰਚ ਆਪਰੇਸ਼ਨ ਦੇ ਕਾਰਨਾਂ ਬਾਰੇ ਪਤਾ ਨਹੀਂ ਹੈ। ਮੈਂ ਏਜੰਸੀਆਂ ਨਾਲ ਪੂਰਾ ਸਹਿਯੋਗ ਕਰਾਂਗਾ ਅਤੇ ਯਕੀਨੀ ਬਣਾਵਾਂਗਾ ਕਿ ਉਹਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਦੇਵਾਂ। ਉਧਰ ਕੇਂਦਰੀ ਰਾਜ ਮੰਤਰੀ ਰਮਨੀਤ ਬਿੱਟੂ ਨੇ ਕਿਹਾ, ਇਹ ਵੱਖ ਤਰ੍ਹਾਂ ਦਾ ਸਵੱਛ ਭਾਰਤ ਹੈ ਜਿਸ ਤਹਿਤ ਕਰਪਸ਼ਨ ਨੂੰ ਸਾਫ਼ ਕਰ ਰਹੇ ਹਾਂ। ਕਾਂਗਰਸ ਹੋਵੇ ਜਾਂ ਆਪ, ਭਾਰਤ ਦਾ ਸੰਵਿਧਾਨ ਸਭ ਨੂੰ ਕਰੇਗਾ ਸਾਫ਼। ਆਮ ਆਦਮੀ ਪਾਰਟੀ ਦੇ MP ਅਰੋੜਾ ਦੇ ਟਿਕਾਣਿਆਂ 'ਤੇ ਹੋਈ ਰੇਡ ਨੂੰ ਅਰਵਿੰਦ ਕੇਜਰੀਵਾਲ ਨੇ ਬਦਲੇ ਦੀ ਕਾਰਵਾਈ ਦੱਸਿਆ। ਸੰਜੀਵ ਅਰੋੜਾ ਕੇ ਉੱਪਰ ED ਕੀ ਰੇਡ ਕਰ ਦੀ, ਤੇ ਇਹ ਕੋਈ ਭ੍ਰਿਸ਼ਟਾਚਾਰ ਕੇ ਖਿਲਾਫ਼ ਜਾਂਚ ਥੋੜ੍ਹੀ ਚੱਲ ਰਹੀ ਹੈ। ਇਹ ਤੋ ਐਸੇ ਲੱਗ ਰਿਹਾ ਜੈਸੇ ਪ੍ਰਧਾਨ ਮੰਤਰੀ ਜੀ ਇੱਕ ਪਾਰਟੀ ਕੇ ਪਿੱਛੇ ਪੜ ਗਏ ਹੈ ਬੁਰੀ ਤਰ੍ਹਾਂ ਸੇ। ਇਸ ਵਿਚਾਲੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ED ਦੀ ਕਾਰਵਾਈ ਦੇ ਖਿਲਾਫ਼ ਪ੍ਰਦਰਸ਼ਨ ਵੀ ਕੀਤਾ। ਹੁਣ ਅੱਗੇ ਵੱਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਪੰਜਾਬ ਦੀਆਂ ਮੰਡੀਆਂ ਦੇ ਵਿੱਚ ਮੰਗਲਵਾਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਜਾਏਗੀ। ਆੜ੍ਹਤੀਆਂ ਅਤੇ CM ਮਾਨ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ। ਮੀਟਿੰਗ ਤੋਂ ਬਾਅਦ ਆੜ੍ਹਤੀਆਂ ਨੇ ਹੜਤਾਲ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਅਸੀਂ ਕੱਲ੍ਹ ਤੋਂ ਆਪਣੀਆਂ ਮੰਡੀਆਂ ਦੇ ਵਿੱਚ ਕੰਮ ਕਰਨਾ ਸ਼ੁਰੂ ਕਰਦੇ ਹਾਂ। ਕੱਲ੍ਹ ਤੋਂ ਕਰਾਂਗੇ, ਕੱਲ੍ਹ ਤੋਂ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਆਸ਼ਵਾਸਨ ਦਿਵਾਇਆ, ਜੇ ਆੜ੍ਹਤੀਆਂ ਦੀ ਆੜ੍ਹਤ ਕੇਂਦਰ ਸਰਕਾਰ ਨਾਲ ਦਿੱਤੀ ਤੇ ਪੰਜਾਬ ਸਰਕਾਰ ਭਰਪਾਈ ਕਰੂਗੀ, ਉਸ ਤੋਂ ਬਾਅਦ ਕੱਲ੍ਹ ਤੋਂ ਅਸੀਂ ਮੰਡੀਆਂ 'ਚ ਕੰਮ ਸ਼ੁਰੂ ਕਰ ਦਿਆਂਗੇ। ਸਰਕਾਰ ਅਤੇ ਆੜ੍ਹਤੀਆਂ ਦੇ ਵਿਚਾਲੇ ਹੋਈ ਬੈਠਕ ਦੇ ਵਿੱਚ ਤਕਰੀਬਨ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਨੇ। ਮੁੱਖ ਮੰਤਰੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਸਾਰੀਆਂ ਮੰਗਾਂ ਹੱਲ ਕੀਤੀਆਂ ਜਾਣਗੀਆਂ, ਜਦੋਂ ਕਿ ਉਹਨਾਂ ਦੇ ਮਾਮਲੇ ਨੂੰ ਕੇਂਦਰ ਸਰਕਾਰ ਦੇ ਸਾਹਮਣੇ ਵੀ ਚੁੱਕਣਗੇ। ਵੱਡੀ ਜਿਹੜਾ ਅੜਿੱਕਾ ਸੀਗਾ, ਜਿਹੜੀ 2.5% ਆੜ੍ਹਤ ਦਾ, ਉਹਦੇ 'ਤੇ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਕਿਹਾ ਵੀ ਇਹ ਸੈਂਟਰ ਵੱਲੋਂ ਪਹਿਲਾਂ ਜਿਹੜੀ ਬਣਦੀ ਆ ਉਹਨਾਂ ਨੇ ਕਿਉਂ ਰੋਕੀ, ਆਪਾਂ ਉਹ ਪਤਾ ਕਰਦੇ ਹਾਂ, ਉਹਦੀ ਲੜਾਈ ਲੜਦੇ ਹਾਂ। ਜੇ ਉਹਦੇ ਵਿੱਚ ਕੋਈ ਕਮੀ ਰਹਿ ਗਈ ਤਾਂ ਉਹ ਪੰਜਾਬ ਸਰਕਾਰ ਉਹਦੀ ਭਰਪਾਈ ਜਿਹੜੀ ਇਸ ਸੀਜ਼ਨ ਦੇ ਨਾਲ ਹੀ ਕਰਦੇ। ਵੈਸੇ ਤਾਂ ਪੰਜਾਬ ਦੇ ਵਿੱਚ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ, ਪਰ ਆੜ੍ਹਤੀਆਂ ਦੀ ਹੜਤਾਲ ਦੀ ਵਜ੍ਹਾ ਨਾਲ ਵਿਕਰੀ ਨਹੀਂ ਹੋ ਪਾਈ। ਕਾਬਲੇ ਗੌਰ ਹੈ ਕਿ ਇਸ ਮੀਟਿੰਗ ਤੋਂ ਬਾਅਦ ਕੁਝ ਥਾਵਾਂ ਦੇ ਉੱਤੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਵੀ ਹੋ ਗਈ। ਹਾਲਾਂਕਿ ਮੰਗਲਵਾਰ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੀ ਝੋਨੇ ਦੀ ਖਰੀਦ ਹੈ ਉਹ ਮੰਡੀਆਂ 'ਚ ਸ਼ੁਰੂ ਹੋ ਜਾਏਗੀ। ਉੱਧਰ ਸੂਬੇ ਦੇ ਵਿੱਚ ਝੋਨੇ ਦੀ ਫਸਲ ਪੱਕਣ ਦੇ ਨਾਲ ਹੀ ਉਸਦੇ ਉੱਤੇ ਕਾਲੇ ਤੇਲੇ ਦਾ ਹਮਲਾ ਵੀ ਸ਼ੁਰੂ ਹੋ ਗਿਆ ਹੈ, ਔਰ ਕੁਝ ਪਿੰਡਾਂ ਤੋਂ ਇਹ ਖਬਰਾਂ ਸਾਹਮਣੇ ਆਈਆਂ। ਕਿਸਾਨਾਂ ਦੇ ਮੁਤਾਬਿਕ ਵਧੀਆ ਤੋਂ ਵਧੀਆ ਕੀਟਨਾਸ਼ਕ ਸਪਰੇਅ ਦੇ ਨਾਲ ਵੀ ਕਾਲੇ ਤੇਲੇ ਦੇ ਹਮਲੇ 'ਤੇ ਕੋਈ ਅਸਰ ਨਹੀਂ ਹੋ ਰਿਹਾ ਅਤੇ ਫਸਲ ਨੂੰ ਬਹੁਤ ਨੁਕਸਾਨ ਹੋਇਆ। ਅਸੀਂ ਦੇਖਿਆ ਸਪਰੇਹਾਂ ਵੀ ਕਰੀਆਂ ਨੇ, ਮਹਿੰਗੀਆਂ ਮਹਿੰਗੀਆਂ ਸਪਰੇਹਾਂ ਲਿਆ ਕੇ, ਪਰ ਕੋਈ ਕੰਟਰੋਲ ਨਹੀਂ ਹੋ ਰਿਹਾ ਇਹਦੇ 'ਤੇ। ਹਮਲੇ ਨੇ ਤਾਂ ਕਿਸਾਨਾਂ ਦਾ ਬੁਰਾ ਹਾਲ ਕਰ ਰੱਖਿਆ, ਤਾਂ ਉਸ ਤੋਂ ਵੱਧ ਨੁਕਸਾਨ ਸਪਰੇਹਾਂ ਕਰਨ ਵੇਲੇ ਵੀ ਉਹਦੇ ਨਾਲ ਵੀ ਵੱਧ ਨੁਕਸਾਨ ਹੁੰਦਾ ਜੀ। ਫਸਲ ਦੇ ਨਾਲ ਹੀ ਕਾਲੇ ਤੇਲੇ ਸ਼ਾਮ ਹੁੰਦੇ ਹੀ ਪਿੰਡ ਦੇ ਲੋਕਾਂ ਦੇ ਘਰਾਂ ਵਾਲੇ ਪਾਸੇ ਵੱਧ ਜਾਂਦੇ ਨੇ, ਰੋਸ਼ਨੀ ਦੇ ਆਲੇ ਦੁਆਲੇ ਵੱਡੀ ਤਾਦਾਦ 'ਚ ਇਕੱਠੇ ਹੋ ਜਾਂਦੇ ਨੇ, ਜਿਸ ਨਾਲ ਪਿੰਡ ਵਾਲੇ ਪਰੇਸ਼ਾਨ ਨੇ। ਬਹੁਤ ਜ਼ਿਆਦਾ ਸਾਨੂੰ ਪਰੇਸ਼ਾਨ ਕਰ ਰਹੇ, ਅਸੀਂ ਕਿਚਨ ਦੇ ਵਿੱਚ ਜਦੋਂ ਖਾਣਾ ਵਗੈਰਾ ਬਣਾਉਂਦੇ ਹਾਂ ਤਾਂ ਸਾਨੂੰ ਲਾਈਟ ਵਗੈਰਾ ਬੰਦ ਕਰਕੇ ਫਿਰ ਸਾਨੂੰ ਖਾਣਾ ਬਣਾਉਣਾ ਪੈਂਦਾ, ਅਸੀਂ ਹਰੇਕ ਚੀਜ਼ ਢੱਕ ਕੇ ਲੈ ਕੇ ਜਾਂਦੇ ਹਾਂ। ਉੱਧਰ ਖੇਤੀਬਾੜੀ ਵਿਭਾਗ ਦੇ ਮੁਤਾਬਿਕ ਕੀਟਨਾਸ਼ਕ ਸਪਰੇਅ ਦੇ ਨਾਲ ਕਾਲਾ ਤੇਲਾ ਨਹੀਂ ਮਰਦਾ, ਪਰ ਫਸਲ ਦੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ। ਮੈਂ ਜਿਹੜਾ ਅਡਲਟ ਹੈ ਜਿਹੜਾ ਉੱਡਦਾ ਫਿਰਦਾ ਪੰਗੀਨ, ਉਹ ਤਾਂ ਉੱਡ ਜਾਂਦਾ, ਜਿਹੜਾ ਨੁਕਸਾਨ ਕਰਦਾ ਬਰੀਕ ਹੈ ਜਿਹੜਾ ਉਹ ਮਰ ਜਾਂਦਾ ਉਹਦੇ ਨਾਲ, ਜੇ ਸਪਰੇਅ ਹੈ ਜਿਹੜਾ ਪ੍ਰੋਪਰ ਹੋਵੇ। ਫਿਲਹਾਲ ਕਾਲੇ ਤੇਲੇ ਦੀ ਦਹਿਸ਼ਤ ਨਾਲ ਪਿੰਡ ਵਾਲੇ ਪਰੇਸ਼ਾਨ ਨੇ ਅਤੇ ਛੇਤੀ ਇਸ ਦੇ ਹੱਲ ਦੀ ਮੰਗ ਕਰ ਰਹੇ ਨੇ। ਤਾਂ ਕਾਲੇ ਤੇਲੇ ਦੀ ਵਜ੍ਹਾ ਦੇ ਨਾਲ ਦਿੱਕਤ ਤਾਂ ਬਹੁਤ ਹੈ ਫਸਲਾਂ ਦੇ ਉੱਤੇ ਵੀ, ਅਤੇ ਦੂਜੇ ਪਾਸੇ ਪਿੰਡ ਦੇ ਵਿੱਚ ਲੋਕਾਂ ਦਾ ਰਹਿਣਾ ਵੀ ਮੁਸ਼ਕਿਲ ਹੋ ਗਿਆ। ਅੱਗੇ ਵੱਧਦੇ ਹਾਂ ਅਤੇ ਹੁਣ ਖਬਰ ਰਾਜਵਿੰਦਰ ਸਿੰਘ ਦੇ ਨਾਲ ਹੀ ਜੁੜੀ ਹੋਈ, ਜਿਸ ਸ਼ਖਸ ਦਾ ਕਤਲ ਕੀਤਾ ਗਿਆ, ਜਿਸ ਨੌਜਵਾਨ ਦਾ ਕਤਲ ਪੱਟੀ ਦੇ ਵਿੱਚ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਆਗੂ ਰਾਜਵਿੰਦਰ ਦਾ ਵੀਡੀਓ ਵਾਰਦਾਤ ਤੋਂ ਪਹਿਲਾਂ ਦਾ ਇੱਕ ਵੀਡੀਓ, ਜਿਸ ਦੇ ਵਿੱਚ ਉਹ ਇੱਕ ਤਰੀਕੇ ਨਾਲ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ, ਉਹ ਵੀਡੀਓ ਸਾਹਮਣੇ ਆਇਆ। ਅਤੇ ਵੀਡੀਓ ਦੇ ਵਿੱਚ ਰਾਜਵਿੰਦਰ ਸਿੰਘ ਨਜ਼ਰ ਆ ਰਿਹਾ, ਗਲੇ ਦੇ ਵਿੱਚ ਸਾਥੀਆਂ ਨੇ
ਸਰੂਪਾ ਪਾਇਆ ਹੋਇਆ ਹੈ। ਬਾਈਕ ਸਵਾਰਾਂ ਨੇ ਸ਼ਰਿਆਮ ਉਸਦਾ ਕਤਲ ਕਰ ਦਿੱਤਾ, ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ। ਇਹ ਤਸਵੀਰਾਂ ਜਿਹੜੀਆਂ ਗੱਡੀ ਵਾਲੀਆਂ ਤੁਸੀਂ ਦੇਖੀਆਂ ਨੇ, ਪਰ ਇਹ ਵੀਡੀਓ ਵੀ ਤੁਹਾਨੂੰ ਦਿਖਾ ਰਹੇ ਹਾਂ। ਸਰੂਪਾ ਪਾਇਆ ਹੋਇਆ ਔਰ ਬਿਲਕੁਲ ਜਿਹੜੇ ਕਤਲ ਤੋਂ ਪਹਿਲਾਂ ਦੀ ਇਹ ਪੂਰੀ ਵੀਡੀਓ ਦੱਸੀ ਜਾ ਰਹੀ ਹੈ ਔਰ ਕਾਬਲੇ ਗੌਰ ਹੈ ਕਿ ਇੱਕ ਤਰੀਕੇ ਨਾਲ ਇਸ ਪੂਰੇ ਮਾਮਲੇ 'ਚ ਇਹ ਕਹੀਏ ਕਿ ਪਿੰਡ ਦੀ ਸਰਬਸੰਮਤੀ ਨਾਲ ਸਰਪੰਚ ਚੁਣਨ ਦੇ ਵਿੱਚ ਰਾਜਵਿੰਦਰ ਦਾ ਕਿਹਾ ਜਾ ਰਿਹਾ ਕਿ ਬਹੁਤ ਅਹਿਮ ਰੋਲ ਸੀ, ਪਰ ਉਸਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਹ ਰਾਜਵਿੰਦਰ ਦੀ ਵੀਡੀਓ ਸਾਹਮਣੇ ਆਈ ਹੈ, ਰਾਜਵਿੰਦਰ ਦਾ ਇਸ ਤੋਂ ਬਾਅਦ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਉਹ ਵੀ ਤਸਵੀਰਾਂ ਦੇਖੀਆਂ ਨੇ। ਹਾਲਾਂਕਿ ਮੁਲਜ਼ਮ ਕੌਣ ਸੀ, ਕਿਉਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਇਹ ਜ਼ਰੂਰ ਜਾਂਚ ਦਾ ਵਿਸ਼ਾ ਹੈਗਾ ਹੈ। ਅਗਲੀ ਖਬਰ ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਦੇ ਪਿੰਡ ਕਮਾਸਕੇ ਦੇ ਵਿੱਚ ਪੰਚਾਇਤ ਚੋਣਾਂ ਨੂੰ ਲੈ ਕੇ ਇੱਕ ਮਹਿਲਾ ਦੀ ਮੌਤ ਹੋ। ਦਰਅਸਲ ਪੰਚਾਇਤੀ ਚੋਣਾਂ ਦੇ ਲਈ ਨੋਮੀਨੇਸ਼ਨ ਭਰਨ ਤੋਂ ਬਾਅਦ ਦੋ ਧਿਰਾਂ ਦੇ ਵਿਚਾਲੇ ਵਿਵਾਦ ਹੋ ਗਿਆ ਅਤੇ ਗੁੱਸੇ ਵਿੱਚ ਆਏ ਇੱਕ ਧਿਰ ਨੇ ਫਾਇਰਿੰਗ ਕਰ ਦਿੱਤੀ, ਜਿਸ ਦੇ ਵਿੱਚ ਕੁਲਦੀਪ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੋ ਲੋਕ ਜ਼ਖਮੀ ਹੋ ਗਏ। ਜਿਹੜੇ ਸਾਡੇ ਦੋ ਬੰਦਿਆਂ ਨੂੰ, ਇੱਕ ਸਾਡੀ ਜਨਾਨੀ ਔਰਤ ਮਰ ਗਈ ਹੈ ਮੌਕੇ 'ਤੇ, ਉਹਨਾਂ ਸੱਟ ਲਾਈ ਬਾਲਾ ਮਾਰ ਕੇ ਮੌਕੇ 'ਤੇ ਮੌਤ ਹੋ ਗਈ ਆ। ਹਾਂਜੀ, ਅਸੀਂ ਮੰਗਦੇ ਹਾਂ ਕਿ ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਉਹਨਾਂ ਦੇ ਖਿਲਾਫ਼ ਚੰਗੇ ਵਧੀਆ ਤਰੀਕੇ ਨਾਲ ਪਰਚੇ ਜਿਹੜੇ ਦਰਜ ਹੋਣੇ ਚਾਹੀਦੇ ਆ। ਉੱਥੇ ਦੂਜੀ ਧਿਰ ਨੇ ਪੀੜਤ ਧਿਰ ਦੇ ਉੱਤੇ ਫਾਇਰਿੰਗ ਕਰਨ ਦਾ ਇਲਜ਼ਾਮ ਲਗਾਇਆ। ਫਿਲਹਾਲ ਪੁਲਿਸ ਨੇ ਮਾਮਲੇ 'ਚ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਚਾਰ ਦੋਸ਼ੀ ਅਸੀਂ ਜਿਹੜੇ ਆ ਗ੍ਰਿਫਤਾਰ ਕਰ ਲਿਆ। ਬੀਬੀ ਕੁਲਦੀਪ ਕੌਰ ਦਾ ਜਿਹੜਾ ਮ੍ਰਿਤਕ ਹੈ, ਉਹਨਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਜਿਹੜੀ ਉਹਨਾਂ ਦੀ ਵਾਰਸਾਂ ਦੇ ਹਵਾਲੇ ਕਰਦੀ ਹੈ। ਘਟਨਾ ਤੋਂ ਬਾਅਦ ਪੁਲਿਸ ਪਿੰਡ ਦੇ ਵਿੱਚ ਸ਼ਾਂਤੀਪੂਰਨ ਤਰੀਕੇ ਨਾਲ ਪੰਚਾਇਤ ਚੋਣਾਂ ਕਰਵਾਉਣ ਦਾ ਦਾਅਵਾ ਕਰ ਰਹੀ ਹੈ। ਫਰਕ ਤਾਂ ਪਿੰਡ ਦੇ ਵਿੱਚ ਰੁਕ ਜਾਏ ਇੱਕ ਬਹੁਤ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਜ਼ਿਕਰ ਹੋਵੇਗਾ ਰਾਹੁਲ ਗਾਂਧੀ ਦਾ। ਰਾਹੁਲ ਗਾਂਧੀ ਇੱਕ ਪਰਿਵਾਰ ਦੇ ਨਾਲ ਖਾਣਾ ਬਣਾਉਂਦੇ ਨਜ਼ਰ ਆਏ ਨੇ, ਵੀਡੀਓ ਜਾਰੀ ਕੀਤੀ ਹੈ ਬ੍ਰੇਕ ਤੋਂ ਬਾਅਦ।